ਤੁਸੀਂ ਦੇਖ ਰਹੇ ਹੋ ਦੇਰੀ ਸਾਡੀ ਵੀ, ਮੈਂ ਹਾਂ ਸੰਦੀਪ ਸ਼ਰਮਾ। ਅਪ੍ਰੈਲ ਦੇ ਲਾਸਟ ਮਹੀਨੇ ਜਿਹੜੀ ਗਰਮੀ ਕਾਫੀ ਤੇਜ਼ ਪੈ ਰਹੀ ਸੀ, ਤਾਪਮਾਨ ਕਾਫੀ ਜਿਹੜਾ ਤੇਜ਼ ਵੱਧ ਗਿਆ ਸੀ, ਲਗਾਤਾਰ ਜਿਹੜਾ ਟੈਂਪਰੇਚਰ ਹੈ ਉਹ ਤਕਰੀਬਨ 35-37 ਦਰਮਿਆਨ ਪਹੁੰਚ ਗਿਆ ਸੀ। ਤਾਂ ਅੱਜ ਇਕਦਮ ਹੀ ਮੌਸਮ ਨੇ ਸਵੇਰ ਤੋਂ ਹੀ ਕਰਵਟ ਲਿੱਤੀ, ਤਾਂ ਮੌਸਮ ਬਿਲਕੁਲ ਸਾਫ਼ ਲੱਗਿਆ। ਸਵੇਰ ਤੋਂ ਹੀ ਪੰਜਾਬ ਦੇ ਅਲੱਗ ਅਲੱਗ ਹਿੱਸਿਆਂ ਦੇ ਵਿੱਚ ਦਰਮਿਆਨੀ ਵਰਖਾ ਦੇਖਣ ਨੂੰ ਮਿਲ ਰਹੀ ਹੈ। ਸੋ ਅੱਜ ਜਿਹੜੀ ਸਵੇਰ ਤੋਂ ਹੀ ਪੰਜਾਬ ਦੇ ਅਲੱਗ ਅਲੱਗ ਹਿੱਸਿਆਂ 'ਚ ਪੈ ਰਹੀ ਜਿਹੜੀ ਬਰਸਾਤ ਨੇ ਆਮ ਲੋਕਾਂ ਨੂੰ ਗਰਮੀ ਤੋਂ ਕਾਫੀ ਵੱਡੀ ਰਾਹਤ ਦਿੱਤੀ ਹੈ। ਅਤੇ ਕਾਫੀ ਵੱਡੀ ਗਰਮੀ ਪੈ ਰਹੀ ਸੀ ਕਾਫੀ ਦਿਨਾਂ ਤੋਂ, ਜਿਹੜੀ ਲਗਾਤਾਰ 15 ਦਿਨ ਤੋਂ ਕਾਫੀ ਤੇਜ਼ ਧੁੱਪ ਸੀ, ਉਸਦੇ ਨਾਲ ਗਰਮੀ ਕਾਫੀ ਹੋ ਰਹੀ ਸੀ। ਅਤੇ ਇਸ ਦੇ ਨਾਲ ਜਿਹੜੀ ਆ ਅੱਜ ਸਵੇਰ ਤੜਕੇ ਸਾਹ ਜਿਹੜੀ ਬਰਸਾਤ ਹਲਕੀ ਸੀ, ਦਰਮਿਆਨੀ ਬਰਸਾਤ ਨੇ ਜਿਹੜਾ ਕਾਫੀ ਲੋਕਾਂ ਨੂੰ ਇਸਦੀ ਵੱਡੀ ਰਾਹਤ ਦਿੱਤੀ ਹੈ। ਅਤੇ ਗਰਮੀ ਤੋਂ ਕਾਫੀ ਜਿਹੜਾ ਰਾਹਤ ਮਿਲੀ ਹੈ, ਇਸ ਦੇ ਨਾਲ ਟੈਂਪਰੇਚਰ ਕਾਫੀ ਡਾਊਨ ਚੱਲ ਆ ਚੁੱਕਾ ਹੈ। ਤਾਂ ਦੱਸ ਦੀ ਪਿੱਛੇ ਲਗਾਤਾਰ ਦਿਨਾਂ ਤੋਂ 15 ਦਿਨਾਂ ਤੋਂ ਲੋਕਾਂ ਦੇ ਏ ਸੀ ਕਾਫੀ ਜਗ੍ਹਾ ਚੱਲ ਰਹੇ ਸੀ, ਅਤੇ ਲੇਕਿਨ ਅੱਜ ਸਵੇਰ ਤੋਂ ਹੀ ਜਿਹੜੀ ਪੰਜਾਬ ਦੇ ਅਲੱਗ ਅਲੱਗ ਹਿੱਸਿਆਂ ਵਿੱਚ ਜਿਹੜੀ ਦਰਮਿਆਨੀ ਬਰਸਾਤ ਪੈ ਰਹੀ ਸੀ, ਉਹਨਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਮੌਸਮ ਇੱਕਦਮ ਕਰਵਟ ਦਿੱਤੀ ਹੈ ਅਤੇ ਮੌਸਮ ਸੁਹਾਵਨਾ ਹੋ ਗਿਆ। ਇਸ ਦੇ ਨਾਲ ਹੀ ਦੱਸ ਦਈਏ ਕਿ ਲੁਧਿਆਣੇ ਦੀ ਗੱਲ ਕਰਦੇ, ਲੁਧਿਆਣੇ ਵਿੱਚ ਅੱਜ ਸਵੇਰ ਤੋਂ ਹੀ ਜਿਹੜੀ ਬਰਸਾਤ ਹੋ ਰਹੀ ਸੀ, ਤਾਂ ਆਮ ਜਿਹੜੇ ਲੋਕਾਂ ਨੂੰ ਸਵੇਰ ਤੋਂ ਹੀ ਆਪਣੇ ਦਫ਼ਤਰ, ਕਿਉਂਕਿ ਸੋਮਵਾਰ ਦਾ ਦਿਨ ਹੈ ਔਰ ਪਹਿਲੇ ਦਿਨ ਹੀ ਸੋਮਵਾਰ ਦਿਨ ਦੇ ਹੀ ਸਵੇਰ ਤੋਂ ਹੀ ਜਿਹੜੀ ਹਲਕੀ ਬੂੰਦਾਬਾਂਦੀ ਨੇ ਜਿਹੜੇ ਦਫ਼ਤਰਾਂ 'ਚ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਜਿਹੜੀ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ ਸੀ। ਲੋਕਾਂ ਨੂੰ ਛੱਤਰੀਆਂ ਕੱਢਣੀਆਂ ਪੈ ਗਈ, ਕਿਉਂਕਿ ਬਰਸਾਤ ਲਗਾਤਾਰ ਜਿਹੜੀ ਸਵੇਰ ਤੋਂ ਹੀ ਜਿਹੜੀ ਬਰਸਾਤ ਹੋ ਰਹੀ ਹੈ। ਅਤੇ ਬੇਸ਼ੱਕ ਗਰਮੀ ਤੋਂ ਕਾਫੀ ਵੱਡੀ ਰਾਹਤ ਮਿਲੀ ਆ ਆਮ ਲੋਕਾਂ ਨੂੰ, ਲੇਕਿਨ ਕਿਤੇ ਨਾ ਕਿਤੇ ਜਿਹੜੇ ਦਫ਼ਤਰ ਜਾਣ ਵਾਲੇ ਆ, ਸਕੂਲ ਕਾਲਜ ਜਾਣ ਵਾਲੇ ਬੱਚਿਆਂ ਅਤੇ ਵਿਦਿਆਰਥੀਆਂ ਨੂੰ ਕਾਫੀ ਪਰੇਸ਼ਾਨੀ ਸਾਹਮਣਾ ਵੀ ਕਰਨਾ ਪਿਆ। ਲੇਕਿਨ ਇਸ ਬਰਸਾਤ ਨੇ, ਹਲਕੀ ਬੂੰਦਾਬਾਂਦੀ ਨੇ ਜਿੱਥੇ ਮੌਸਮ ਨੂੰ ਬਹੁਤ ਖੁਸ਼ਨੁਮਾ ਬਣਾਇਆ, ਸੁਹਾਵਨਾ ਬਣਾਇਆ, ਅਤੇ ਲੋਕ ਕਈ ਬਾਹਰ ਨਿਕਲਣ ਨੂੰ ਵੀ ਕਾਫੀ ਹੁਣ ਬਾਹਰ ਨਿਕਲ ਵੀ ਹੈ ਔਰ ਇਸ ਮੌਸਮ ਦਾ ਆਨੰਦ ਵੀ ਉਠਾ ਰਹੇ ਆ, ਕਿਉਂਕਿ ਇਸ ਮੌਸਮ ਵਿੱਚ ਲਗਾਤਾਰ ਪਿੱਛੇ 15 ਦਿਨ ਤੋਂ ਜਿਹੜੀ ਤੇਜ਼ ਧੁੱਪ ਗਰਮੀ ਪੈ ਰਹੀ ਸੀ, ਉਸ ਤੋਂ ਜਿਹੜੀ ਇਸ ਹਲਕੀ ਬੂੰਦਾਬਾਂਦੀ ਨੇ ਅੱਜ ਪੰਜਾਬ ਦੇ ਕਾਫੀ ਜਿਹੜੇ ਹਿੱਸਿਆਂ ਦੇ ਵਿੱਚ ਜਿਹੜੀ ਹਲਕੀ ਹਲਕੀ ਬੂੰਦਾਬਾਂਦੀ ਨੇ ਜਿਹੜੀ ਮੌਸਮ ਦੇ ਵਿੱਚ ਰਾਹਤ ਦਿੱਤੀ ਹੈ। ਸੋ ਅੱਜ ਲੁਧਿਆਣਾ ਦੀ ਗੱਲ ਕਰਦੇ ਤਾਂ ਲੁਧਿਆਣਾ ਵਿਖੇ ਅੱਜ ਜਿਹੜੀ ਹਲਕੀ ਮੌਸਮ ਦੀ ਜਿਹੜੀ ਕਰਵਟ ਦਿੱਤੀ ਹੈ, ਤਾਂ ਲੋਕਾਂ ਨੂੰ ਇਸਦੀ ਵੱਡੀ ਰਾਹਤ ਮਿਲੀ ਹੈ ਅਤੇ ਮੌਸਮ ਕਾਫੀ ਸੁਹਾਵਨਾ ਹੋ ਗਿਆ ਔਰ ਠੰਡ ਵਾਲਾ ਹੈਗਾ ਕਾਫੀ, ਕਿਉਂਕਿ ਇਸ ਮਹੀਨੇ ਅਗਰ ਪਿਛਲੇ ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਮੌਸਮ ਦੇ ਦਰਮਿਆਨ, ਇਸ ਮਹੀਨੇ ਦੌਰਾਨ ਕਾਫੀ ਅੱਤ ਦੀ ਗਰਮੀ ਹੋ ਜਾਂਦੀ ਹੈ, ਲੇਕਿਨ ਇਸ ਮੌਸਮ ਨੇ ਜਿਹੜੀ ਕਰਵਟ ਦਿੱਤੀ ਅੱਜ ਸਵੇਰ ਤੋਂ ਹੀ ਜਿਹੜਾ, ਤਾਂ ਇਸ ਨਾਲ ਜਿਹੜਾ ਮੌਸਮ ਕਾਫੀ ਸੁਹਾਵਨਾ ਹੋ ਗਿਆ। ਲੁਧਿਆਣੇ ਦੀ ਗੱਲ ਕਰਦੇ, ਲੁਧਿਆਣੇ ਵਿੱਚ ਸਵੇਰ ਤੋਂ ਹੀ ਹਲਕੀ ਦਰਮਿਆਨੀ ਰਿਮਝਿਮ ਜਿਹੜੀ ਬਰਸਾਤ ਹੋ ਰਹੀ ਹੈ, ਕਾਫੀ ਆਮ ਲੋਕਾਂ ਨੂੰ, ਲੁਧਿਆਣਾ ਵਾਸੀਆਂ ਨੂੰ ਕਾਫੀ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਜਿਹੜੇ ਲੁਧਿਆਣਾ ਦੀ ਗੱਲ ਕਰਦੇ, ਲੁਧਿਆਣਾ ਵਿੱਚ ਜਿਹੜੇ ਸਿਆਸੀ ਆਗੂਆਂ ਦੀ ਜਿਹੜੀ ਆ ਪ੍ਰਚਾਰ ਚੱਲ ਰਿਹਾ, ਉਹ 'ਚ ਵੀ ਅੱਜ ਕਾਫੀ ਉਹਨਾਂ ਨੂੰ ਰਾਹਤ ਮਿਲੀ ਹੋਗੀ, ਕਿਉਂਕਿ ਪ੍ਰਚਾਰ ਉਹਨਾਂ ਨੂੰ ਕਾਫੀ ਗਰਮੀ ਹੁੰਦੀ ਸੀ, ਤਾਂ ਉਹਨਾਂ ਨੂੰ ਵੀ ਇਸਦਾ ਕਾਫੀ ਲਾਭ ਮਿਲਿਆ ਹੋਗਾ, ਕਿਉਂਕਿ ਲਗਾਤਾਰ ਲੋਕ ਸਭਾ ਚੋਣਾਂ ਜਿਹੜਾ ਦੌਰ ਚੱਲ ਰਿਹਾ, ਪ੍ਰਚਾਰ ਦੌਰ ਚੱਲ ਰਿਹਾ, ਅਤੇ ਇਸ ਨਾਲ ਅੱਜ ਜਿਹੜੀ ਇਸ ਮੌਸਮ ਨੇ ਇੱਕਦਮ ਕਰਵਟ ਦਿੱਤੀ ਆ, ਮੌਸਮ ਸੁਹਾਵਨਾ ਹੋਇਆ ਅਤੇ ਲੁਧਿਆਣਾ ਵਿਖੇ ਦੇ ਅਲੱਗ ਅਲੱਗ ਹਿੱਸਿਆਂ ਦੇ ਵਿੱਚ ਜਿਹੜੀ ਬਰਸਾਤ ਹੋ ਰਹੀ, ਇਸ ਨਾਲ ਮੌਸਮ ਬੜਾ ਸੁਹਾਵਨਾ ਹੋ ਗਿਆ। ਕੈਮਰਾਮੈਨ ਬੌਬੀ ਨਾਲ ਸੰਦੀਪ ਸ਼ਰਮਾ, ਡੈਨੀਸ਼ਾ ਟੀਵੀ, ਲੁਧਿਆਣਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ
व्हाट्सएप चैनल पर।